ਈ 9 ਪੰਜਾਬੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਜਸਪਾਲ ਸਿੰਘ ਸੰਧੂ ਦੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਗੱਲ ਕਰਦੇ ਹਾਂ ਪੰਜਾਬ ਅਤੇ ਕੇਂਦਰ ਦੇ ਪੇਚੇ ਦੀ। ਜੀ ਹਾਂ ਪੰਜਾਬ ਅਤੇ ਕੇਂਦਰ ਦੇ ਵਿੱਚ ਪੇਚਾ ਪਿਆ ਹੋਇਆ ਹੈ। ਕਿਹੜੀ ਗੱਲਾਂ ਪਿਆ ਹੋਇਆ ਹੈ? ਕਾਰਨ ਕੀ ਰਹੇ ਨੇ? ਇਹ ਸਾਰੀ ਜਾਣਕਾਰੀ ਇਸ ਖਬਰ ਦੇ ਵਿੱਚ ਤੁਹਾਨੂੰ ਮੁਹੱਈਆ ਕਰਵਾਵਾਂਗਾ। ਦਰਅਸਲ ਕੱਲ ਲਾਈਵ ਆ ਕੇ ਜਿਹੜੇ ਕੈਬਨਿਟ ਦੇ ਵਿੱਚ ਫੈਸਲੇ ਲਏ ਗਏ ਨੇ। ਭਗਵੰਤ ਮਾਨ ਹੁਣਾ ਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਉਨ੍ਹਾਂ ਫੈਸਲਿਆਂ ਦੇ ਉੱਪਰ ਚਾਨਣਾ ਜਿਹੜਾ ਉਹ ਪਵਾਇਆ ਗਿਆ ਤੇ ਜਿਸ ਦੇ ਵਿੱਚ ਖਾਸ ਕਰਕੇ OPS ਦੀ ਗੱਲ ਕਹੀ ਗਈ ਹੈ ਜੀ ਹਾਂ 올ਡ ਪੈਨਸ਼ਨ ਸਕੀਮ ਦੀ ਗੱਲ ਜਿਹੜੀ ਹੈ ਉਹ ਇਸ ਫੈਸਲੇ ਦੇ ਵਿੱਚ ਕਹੀ ਗਈ ਹੈ ਕਿ ਉਸ ਫੈਸਲੇ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ ਕੈਬਨਿਟ ਦੇ ਵੱਲੋਂ ਕਿ 올ਡ ਪੈਨਸ਼ਨ ਸਕੀਮ ਨੂੰ ਲਾਗੂ ਕਰ ਦਿੱਤਾ ਜਾਵੇ ਔਰ ਇੰਨਾ ਹੀ ਨਹੀਂ ਇਸ ਦੇ ਨਾਲ ਇੱਕ ਸਬ ਕਮੇਟੀ ਵੀ ਬਣਾ ਦਿੱਤੀ ਗਈ ਹੈ ਜੀ ਹਾਂ ਕੈਬਨਿਟ ਦੇ ਵਿੱਚ ਸਬ ਕਮੇਟੀ ਦਾ ਗਠਨ ਵੀ ਕਰ ਦਿੱਤਾ ਗਿਆ ਔਰ ਇਸ ਦੇ ਨਾਲ ਨਾਲ ਅਸਲ 'ਚ ਸੂਬੇ ਦੀ ਗੱਲ ਕਰੀਏ ਕਿ ਕੈਬਨਿਟ ਦੇ ਵੱਲੋਂ ਪ੍ਰਵਾਨਗੀ ਦੇ ਦਿੱਤੀ ਗਈ ਹੈ ਪਰ ਉਧਰ ਕੇਂਦਰ ਦੇ ਵੱਲੋਂ ਹੱਥ ਕੜੇ ਕਰ ਦਿੱਤੇ ਗਏ ਨੇ ਜੀ ਹਾਂ ਸਾਫ਼ ਸ਼ਬਦਾਂ ਦੇ ਵਿੱਚ ਜੇ ਅਸੀਂ ਇਸ ਗੱਲ ਨੂੰ ਕਹਿ ਦਈਏ ਤੇ ਇਸ ਦੇ ਵਿੱਚ ਕੋਈ ਅਣਕਥਨੀ ਨਹੀਂ ਹੈ ਕਿ ਕੇਂਦਰ ਦੇ ਵੱਲੋਂ ਹੱਥ ਖੜੇ ਕਰ ਦਿੱਤੇ ਗਏ ਨੇ ਕੈਬਨਿਟ ਮੰਤਰੀ ਸੀ타 ਰਮਨ ਦੇ ਵੱਲੋਂ ਕਹਿ ਦਿੱਤਾ ਗਿਆ ਹੈ ਕਿ ਜਿਹੜਾ ਓਲਡ ਪੈਨਸ਼ਨ ਸਕੀਮ ਹੈ ਉਸ ਨੂੰ ਲਾਗੂ ਜਿਹੜਾ ਨਹੀਂ ਕਰ ਦਿੱਤਾ ਜਾਵੇਗਾ ਔਰ ਜਿਹੜੇ ਫੰਡ ਨੇ ਉਹ ਵੀ ਮਹਈਆ ਜਿਹੜੇ ਨੇ ਉਹ ਨਹੀਂ ਕਰਵਾਏ ਜਾਣਗੇ ਨਵੀਂ ਪੈਨਸ਼ਨ ਸਕੀਮ ਜਿਹੜੀ ਹੈ ਐਨਪੀਐਸ ਦੇ ਤਹਿਤ ਹੀ ਸਾਰਾ ਕਾਰਜਕਾਲ ਜਿਹੜਾ ਉਹ ਚੱਲੇਗਾ ਪਰ ਭਗਵੰਤ ਮਾਨ ਹੁਣਾਂ ਦੇ ਵੱਲੋਂ ਇਹ ਕਿਹਾ ਗਿਆ ਇਹ ਸਾਬਤ ਤੌਰ ਤੇ ਉਹਨਾਂ ਨੇ ਲਾਈਵ ਦੇ ਵਿੱਚ ਵੀ ਕਿਹਾ ਕਿ ਤੁਸੀਂ ਪੂਰੇ ਦੇਸ਼ ਦੇ ਵਿੱਚ ਲਾਗੂ ਕਰ ਦਿੱਤਾ ਜਾਵੇ ਤਾਂ ਜੋ ਜਿਹੜੇ ਸੈਨਿਕ ਨੇ ਜਾਂ ਕਹਿ ਲਈਏ ਕਿ ਜਿਹੜੇ ਕਰਮਚਾਰੀ ਨੇ ਜਿਹੜੇ ਰਿਟਾਇਰ ਹੋਏ ਨੇ ਉਹ ਵੀ ਸੋਚਣਗੇ ਕਿ ਆਖਿਰ ਸਾਡਾ ਪੈਸਾ ਕਿੱਥੇ ਗਿਆ ਤਾਂ ਇਹ ਸਵਾਲ ਜ਼ਰੂਰ ਖੜੇ ਹੁੰਦੇ ਨੇ ਅਗਰ ਤੁਹਾਡੇ ਮਨ ਦੇ ਵਿੱਚ ਵੀ ਕਿਸੇ ਤਰੀਕੇ ਦਾ ਸਵਾਲ ਹੈ ਪ੍ਰਤੀਕਰਮ ਹੈ ਤਾਂ ਤੁਸੀਂ ਆਪਣੀ ਕਮੈਂਟ ਬਾਕਸ ਦੇ ਵਿੱਚ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਤਾਂ ਜੋ ਉਸ ਤੇ ਅਸੀਂ ਵਿਚਾਰ ਚਰਚਾ ਜਿਹੜੀ ਹੈ ਸ਼ੁਰੂ ਕਰ ਸਕੀਏ ਪਰ ਇਸ ਦੇ ਤਹਿਤ ਇਹ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਕੇਂਦਰ ਦੇ ਵੱਲੋਂ ਹੱਥ ਖੜੇ ਕਰ ਦਿੱਤੇ ਗਏ ਨੇ ਯਾਨੀ ਕਿ ਫੰਡ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ 올ਡ ਪੈਨਸ਼ਨ ਸਕੀਮ ਨੂੰ ਲਾਗੂ ਕਰਨ ਤੋਂ ਮਨਾ ਕਰ ਦਿੱਤਾ ਗਿਆ ਹਾਲਾਂਕਿ ਪੰਜਾਬ ਇਸ ਦੇ ਹੱਕ ਦੇ ਵਿੱਚ ਹੈ ਦੇਸ਼ ਭਰ ਦੇ ਵਿੱਚ ਇਸ ਨੂੰ ਲਾਗੂ ਕਰਨ ਦੇ ਵਾਸਤੇ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਹਰੀ ਝੰਡੀ ਦਿੱਤੀ ਗਈ ਹੈ ਕੈਬਨਿਟ ਦੇ ਵਿੱਚ ਪ੍ਰਵਾਨਗੀ ਦੇ ਦਿੱਤੀ ਗਈ ਹੈ ਔਰ ਇਸ ਦੇ ਨਾਲ ਹੀ ਸਬ ਕਮੇਟੀ ਨੂੰ ਵੀ ਗਠਿਤ ਕਰ ਦਿੱਤਾ ਗਿਆ ਹੈ ਕਿ ਜੇਕਰ ਇਸ ਦੇ ਵਿੱਚ ਕਿਸੇ ਵੀ ਤਰੀਕੇ ਦਾ ਹੋਰ ਕੋਈ ਕੰਮ ਨਿੱਕਾ ਮੋਟਾ ਰਹਿ ਜਾਂਦਾ ਹੈ ਤਾਂ ਉਸ ਨੂੰ ਸਿਰੇ ਚੜਾ ਦਿੱਤਾ ਜਾਵੇ ਪਰ ਕੇਂਦਰ ਸਰਕਾਰ ਦੇ ਵੱਲੋਂ ਨਕਾਰ ਦਿੱਤਾ ਗਿਆ ਕੀ ਕਿਹਾ ਗਿਆ ਇਹ ਵੀ ਤੁਹਾਨੂੰ ਸੁਣਾਉਣਾ ਹੈ ਇੱਕ ਵਾਰ ਇਹ ਝਲਕ ਜ਼ਰੂਰ ਦੇਖ ਲਵੋ ਸਾਡੇ ਵਾਲੀ ਓਪੀਐਸ ਦੇ ਵਿੱਚ ਫਰਕ ਇਹ ਹੈ ਕਿ ਰਾਜਸਥਾਨ ਤਾਂ ਦਿਨੋਂ हट ਗਿਆ ਤੇ ਉਹਨਾਂ ਨੇ ਪੈਸੇ ਰੋਕ ਲਏ ਡੈਡਲੌਕ ਹੋ ਗਿਆ ਅਸੀਂ ਤਾਂ ਉਹਨਾਂ ਨੂੰ ਹਜੇ ਪੈਸੇ ਦੇ ਰਿਹਾ ਨਾਲ ਉਹਨਾਂ ਨੂੰ ਇਹ ਕਹਿ ਰਿਹਾ ਕਿ ਤੁਸੀਂ ਇਹ ਜਿਹੜਾ ਇਹ ਪਾਲਿਸੀ ਦੇ ਵਿੱਚ ਚੇਂਜ ਕਰੋ ਕਿਉਂਕਿ ਸਰਕਾਰੀ ਮੁਲਾਜ਼ਮ ਹੈ ਉਹਦਾ ਜਿਹੜਾ ਜੀਪੀਐਫ ਕੱਟਦਾ ਹੈ ਜਾਂ ਜਿਹੜੇ ਫੰਡ ਕੱਟਦੇ ਨੇ ਉਹ ਚ ਪਹਿਲਾਂ ਉਹ ਉਹਨੂੰ ਰਿਟਾਇਰਮੈਂਟ ਤੋਂ ਬਾਅਦ ਮਿਲ ਜਾਂਦੇ ਸੀ ਵਿਆਜ ਸਮੇਤ ਮਿਲ ਜਾਂਦੇ ਸੀ ਉਹ ਆਪਣਾ ਕਿਤੇ ਬੁਢਾਪੇ ਦਾ ਜਾਂ ਆਪਣੀ ਲਾਈਫ ਦਾ ਰਹਿੰਦੀ ਲਾਈਫ ਦਾ ਪ੍ਰਬੰਧ ਕਰ ਲੈਂਦਾ ਸੀ ਹੁਣ ਇਹ ਕੀ ਕਰਦੇ ਨੇ ਇਹ ਪੈਸੇ ਕੱਟ ਕੇ ਇਹ ਸ਼ੇਅਰ ਮਾਰਕੀਟ ਚ ਲਾ ਦਿੰਦੇ ਨੇ ਨਾ ਤਾਂ ਪੁੱਛਿਆ ਜਾਂਦਾ ਉਹਨਾਂ ਨੂੰ ਕਿ ਕਿਹੜੇ ਕਿਹੜੇ ਸ਼ੇਅਰ ਖਰੀਦ ਈਏ ਫਰਜ਼ ਕਰ ਲਓ ਉਹਨਾਂ ਨੇ ਕੋਈ ਐਸੀ ਕੰਪਨੀ ਦੇ ਸ਼ੇਅਰ ਖਰੀਦ ਲਏ ਜਿਹੜੀ ਡੁੱਬ ਗਈ ਆ ਹੁਣ ਪਿੱਛੇ ਜੇ ਸ਼ੇਅਰ ਮਾਰਕੀਟ ਜਿਹੜੀ ਹੈ ਉਹ ਡਿੱਗ ਕੇ ਹਟੀ ਹੈ ਤਾਂ ਉਹ ਪੈਸਾ ਫਿਰ ਜਿਹੜਾ ਉਹ ਨਾ ਤਾਂ ਬੈਂਕਾਂ ਨੂੰ ਨੁਕਸਾਨ ਹੁੰਦਾ ਹੈ ਨਾ ਹੀ ਗਵਰਨਮੈਂਟ ਨੂੰ ਉਹ ਪੈਸਾ ਜਾਂਦਾ ਮੁਲਾਜ਼ਮਾਂ ਦਾ ਸੋ ਮੁਲਾਜ਼ਮ ਇਹ ਕਹਿੰਦੇ ਨੇ ਕਿ ਸਾਨੂੰ ਜੇ 25 25 30 30 ਸਾਲ ਨੌਕਰੀ ਕਰਕੇ 16 1600 18 1800 ਜਾਂ 2 2000 ਰੁਪਏ ਪੈਨਸ਼ਨ ਮਿਲੂਗੀ ਤੁਹਾਡਾ ਪੈਸਾ ਕਿੱਧਰ ਲੈ ਕੇ ਤੁਸੀਂ ਫਿਰ ਸੋ ਲੌਜੀਕਲੀ ਸੈਂਟਰ ਨੂੰ ਇਹ ਕਾਨੂੰਨ ਜਿਹੜਾ ਹੈ ਇਹ ਸਾਰੇ ਦੇਸ਼ 'ਚ ਲਾਗੂ ਕਰ ਦੇਣਾ ਚਾਹੀਦਾ ਹੈ ਇਹ ਸਟੇਟਾਂ ਤੇ ਨਹੀਂ ਛੱਡਣਾ ਚਾਹੀਦਾ ਸਾਰੇ ਦੇਸ਼ 'ਚ ਲਾਗੂ ਕਰ ਦੇਣਾ ਚਾਹੀਦਾ ਕਿਉਂਕਿ ਉਹਨਾਂ ਨੇ ਨਹੀਂ ਬੰਦ ਕੀਤਾ ਸੋ 올ਡ ਪੈਨਸ਼ਨ ਸਕੀਮ ਵਾਸਤੇ ਅਸੀਂ ਆਪਣੀ ਕੈਬਨਿਟ 'ਚ ਪ੍ਰਵਾਨਗੀ ਦਿੱਤੀ ਤੇ ਇਹਨੂੰ ਹਾਊਸ 'ਚ ਲਿਖਿਆ। ਲਿਮਿਟਿਡ ਟੂ ਦ ਪੁਆਇੰਟ which of course the secretary has explained। ਇੱਕ ਸਟੇਟ ਅਗਰ ਉਹਨਕੇ ਕੋਈ ਵੀ ਕਾਰਨ ਹੋ ਮੈਂ ਉਸਮੇ ਨਹੀਂ ਜਾ ਰਹੀ ਹੂੰ ਡਿਸੀਜਨ ਲੈਂਤਾ ਹੈ ਫਿਰ ਐਕਸਪੈਕਟ ਕਰਤੇ ਹਨ ਜੋ ਫੰਡ ਬੇਟਾ ਹੋਆ ਹੈ ਉਹ ईपीएफओ कमिश्नर के पास वो केंद्र सरकार नहीं वो कमिश्नरेट अलग है वो पैसा इकट्ठा स्टेट के पास दे देना चाहिए ऐसे अगर एक्सपेक्टेशन है तो नो